ਮੇਰਾ ਨਾਮ ਲੱਕੀ ਵੈਦ ਹੈ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨਾਂ ਅੱਜ ਤਾਂ ਜਿਹੜਾ ਮੇਨ ਮੁੱਦਾ ਵਾ ਉਹ ਪੰਜਾਬ ਦੇ ਵਿੱਚ ਜਿਹੜਾ ਕੋਡ ਲੱਗਾ ਵਾ ਪੰਜਾਬ ਦੀ ਜਿਹੜੀ ਧਰਤੀ ਨੂੰ ਜਿਹੜਾ ਖਾਂਦਿਆ ਵਾ ਪੰਜਾਬ ਦੇ ਸਮਾਜ ਨੂੰ ਖਾਰਿਆ ਵਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਖਾਈ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਖਾਈ ਜਾ ਰਿਹਾ ਵਾ ਉਹ ਹੈਗਾ ਜੀ ਧਰਮ ਪਰਿਵਰਤਨ ਜਿਹੜਾ ਇਸਾਈ ਮਿਸ਼ਨਰੀਆਂ ਵੱਲੋਂ ਜਿਹੜਾ ਕੀਤਾ ਜਾ ਰਿਹਾ ਵਾ ਔਰ ਬਹੁਤ ਵੱਡੇ ਲੈਵਲ ਤੇ ਇੱਕ ਇੱਕੜਾ ਪ੍ਰੋਪਗੈਂਡਾ ਜਿਹੜਾ ਫਲਾਇਆ ਜਾ ਰਿਹਾ ਵਾ ਕਿ ਵੀ ਕਿਸੇ ਤਰੀਕੇ ਦੇ ਨਾਲ ਵੱਤ ਤੋਂ ਵੱਧ ਲੋਕਾਂ ਨੂੰ ਜਿਹੜਾ ਕਨਵਰਟਡ ਕਰਕੇ ਆਪਣੇ ਨਾਲ ਜੋੜ ਕੇ ਔਰ ਜਿਹੜੇ ਸਾਡੇ ਗੁਰੂ ਸਾਹਿਬਾਨ ਆ ਜਿਹੜੇ ਸਾਡੇ ਈਸਟ ਆ ਉਹਨਾਂ ਤੋਂ ਸਾਰਿਆਂ ਤੋਂ ਦੂਰ ਕੀਤਾ ਜਾਵੇ ਅੱਜ ਅੱਜ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦਿਖਾਉਣ ਜਾ ਰਿਹਾ ਵਾਂ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿਸ ਵੱਡੇ ਲੈਵਲ ਤੇ ਜਿਹੜਾ ਵਾ ਕਿ ਵੀ ਸਮਾਜ ਦਾ ਨਾ ਕੇਵਲ ਵਾਲਮੀਕੀ ਸਮਾਜ ਦਾ ਮਜਬੀ ਸਿੱਖ ਸਮਾਜ ਦਾ ਸਿੱਖ ਸਮਾਜ ਦਾ ਵੀ ਜਿਹੜਾ ਨਾ ਵੱਡੇ ਲੈਵਲ ਤੇ ਕਨਵਰਜਨ ਕਰਾਇਆ ਜਾ ਰਿਹਾ ਤੁਸੀਂ ਦੇਖੋ ਛੋਟੇ-ਛੋਟੇ ਬੱਚਿਆਂ ਨਾਲ ਨੂੰ ਜਿਹੜਾ ਕਨਵਰਟਡ ਕੀਤਾ ਜਾ ਰਿਹਾ ਅੱਜ ਤੁਸੀਂ ਲੋਕ ਉਹ ਭੁੱਲ ਗਏ ਆ ਕਿ ਵੀ ਛੋਟੇ ਛੋਟੇ ਸਹਿਬ ਜਾਦੇ ਸੀਗੇ ਜਿਨ੍ਹਾਂ ਨੇ ਮੁਗਲਾਂ ਮੁਗਲਾਂ ਦੇ ਅੱਗੇ ਆਪਣਾ ਸੀਸ ਨਹੀਂ ਨਵਾਇਆ ਉਹਨਾਂ ਦਾ ਜ਼ੁਲਮ ਨਹੀਂ ਸਿਆ ਔਰ ਆਪਣੇ ਆਪ ਨੂੰ ਜਿਹੜਾ ਧਰਮ ਦੀ ਖਾਤਰ ਵਾਰ ਦਿੱਤਾ ਪਰ ਆਪਣਾ ਧਰਮ ਨਹੀਂ ਛੱਡਿਆ ਕਿ ਅੱਜ ਤੁਸੀਂ ਉਹ ਚੀਜ਼ ਭੁੱਲ ਗਏ ਆ ਤੁਸੀਂ ਭੁੱਲ ਗਏ ਆ ਗੁਰੂ ਸਾਹਿਬਾਨਾਂ ਦੀ ਜਿਹੜੀ ਉਹਨਾਂ ਦੀ ਬਲੀਦਾਨ ਹੈ ਅੱਜ ਤੁਹਾਨੂੰ ਉਹ ਲੋਕ ਚੰਗੇ ਲੱਗਣ ਲੱਗੇ ਆ 200 250 ਸਾਲ ਜਿਹੜਾ ਵਾ ਅੰਗਰੇਜ਼ਾਂ ਨੇ ਸਾਡੇ ਉੱਪਰ ਰਾਜ ਕੀਤਾ ਵਾ ਔਰ ਜੇ ਇਹ ਉਨੇ ਹੀ ਨੇ ਚੰਗੇ ਹੁੰਦੇ ਇੰਨੇ ਹੀ ਸਾਡੇ ਲੋਕਾਂ ਦੀ ਭਲਾਈ ਕਰਦੇ ਤੇ ਉਸ ਸਮੇਂ ਹੀ ਸੀ ਕਰ ਸਕਦੇ ਅੱਜ ਇਹਨਾਂ ਨੂੰ ਬਹੁਤ ਜਿਆਦਾ ਅੱਜ ਸਾਡਾ ਭਾਰਤ ਦੇ ਲੋਕਾਂ ਦਾ ਹੈਰਾਨ ਜਗ ਪਿਆ ਵਾ ਤੁਸੀਂ ਦੇਖੋ ਕਿ ਜਿਹੜੇ ਨਿਤ ਨਵਾਂ ਨਵਾਂ ਕੁਛ ਨਾ ਕੁਛ ਲੈ ਕੇ ਆਂਦੇ ਆ ਆ ਵੀਜ਼ੇ ਲਵਾਉਣ ਲਈ ਵੀਜ਼ੇ ਲਵਾਉਣ ਲਈ ਪ੍ਰਿਆਆ ਕੀਤੀਆਂ ਜਾਂਦੀਆਂ ਵਾ ਔਰ ਇਹਨਾਂ ਕੋ ਮੋਟੀਆਂ ਫੀਸਾਂ ਲਿੱਤੀਆਂ ਜਾਂਦੀਆਂ ਵਾ ਕਿ ਅੱਜ ਤੁਸੀਂ ਦੇਖੋ ਇਹ ਸਿੱਖ ਸਮਾਜ ਦੇ ਲੋਕ ਆ ਜਿਹੜੇ ਕਨਵਰਟਡ ਹੋਈ ਜਾ ਰਹੇ ਆ ਮੈਂ ਇਹਨਾਂ ਕੋਈ ਪੁੱਛਣਾ ਚਾਹਨਾ ਵਾ ਕਿ ਤੁਸੀਂ ਸਮਾ ਆਪਣੇ ਸਿੱਖ ਸਮਾਜ ਦਾ ਜਿਹੜਾ ਬਲਦਾਨ ਭੁੱਲ ਚੁੱਕੇ ਆ ਔਰ ਤੁਸੀਂ ਆਹ ਦੇਖੋ ਹੋਰ ਵੀ ਬਹੁਤ ਕੁਛ ਹੈ ਮੈਂ ਆਪਣੇ ਦਲੀ ਸਮਾਜ ਨੂੰ ਇਹ ਅਪੀਲ ਕਰਦਾ ਮੈਂ ਤੁਸੀਂ ਇਹ ਚੀਜ਼ ਵੇਖੋ ਕਿ ਜਿਹੜੇ ਇਸਾਈ ਮਿਸ਼ਨਰੀ ਆ ਫੋਰਨਰ ਇੱਕ ਬੈਠਾ ਹੋਇਆ ਵਾ ਫੋਰਨਰ ਬੈਠਾ ਹੋਇਆ ਵਾ ਔਰ ਇਹ ਉਹ ਪਿਆਰ ತೋ ਰਿਹਾ ਵਾ ਤੁਸੀਂ ਵੇਖੋ ਟ੍ਰਾਈਬਸ ਏਰੀਏ ਦੇ ਵਿੱਚ ਦੀ ਇਹ ਫੋਟੋ ਆ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿਸੇ ਅੰਗਰੇਜ਼ ਦੇ ਮਗਰਮਸੀ ਲੱਗਾ ਵਾ ਬਿਲਕੁਲ ਕਿਸੇ ਅੰਗਰੇਜ਼ ਦੇ ਮਗਰਮਸੀ ਨਹੀਂ ਲੱਗਾ ਇਹ ਕਿਉਂ ਲਾਇਆ ਗਿਆ ਵਾ ਕਿ ਰਹਿਣਾ ਤੁਸੀਂ ਉੱਥੇ ਹੀ ਆ ਤੁਹਾਨੂੰ ਰੱਖਣਾ ਸੀ ਉੱਥੇ ਹੀ ਆ ਅੱਥੇ ਵੀ ਤੁਹਾਡੀ ਉਹੀ ਹਾਲਾਤ ਹੈ ਉੱਥੇ ਵੀ ਤੁਹਾਡੀ ਉਹੀ ਹਾਲਾਤ ਆ ਜੇ ਜਾਤੀਵਾਦ ਦੀ ਗੱਲ ਕਰਦੇ ਆ ਤੇ ਨਾ ਤੇ ਗੁਰੂ ਗ੍ਰੰਥ ਸਾਹਿਬ ਮਾਰੇ ਵਿੱਚ ਜਾਤੀਵਾਦ ਜੇ ਨਾ ਰਮਾਇਣ ਦੇ ਵਿੱਚ ਜਾਤੀਵਾਦ ਦੇ ਨਾ ਮਹਾਭਾਰਤ ਚ ਜਾਤੀਵਾਦ ਜੇ ਕਿਉਂਕਿ ਰਮਾਇਣ ਤੇ ਮਹਾਭਾਰਤ ਦੇ ਜਿਹੜੇ ਰਚయితਾ ਵਾ ਉਹ ਦੋਨੇ ਜਿਹੜੇ ਆ ਐਸੀ ਸਮਾਜ ਚੋਂ ਸੀਗੇ ਤੇ ਜਾਤੀਵਾਦ ਹੁੰਦਾ ਤੇ ਉਦੋਂ ਹੀ ਹੋਣਾ ਸੀਗਾ ਰਾਮਚੰਦਰ ਜੀ ਦੇ ਜਿਹੜੇ ਮਿੱਤਰ ਸੀਗੇ ਨਿਸ਼ਾਦ ਰਾਜ ਸੀਗੇ ਔਰ ਜਿਹੜੇ ਜਦੋਂ ਉਹਨਾਂ ਦਾ ਬਿਸ਼ੇਕ ਹੋਇਆ ਵਾ ਉਦੋਂ ਵੀ ਉਹਨਾਂ ਦੇ ਨਾਲ ਸੀਗੇ ਕਿਸੇ ਦੇ ਵੀ ਜਾਤੀਵਾਦ ਨਹੀਂ ਹੋਇਆ ਜੇ ਜਾਤੀਵਾਦ ਕਰਕੇ ਆਪਾਂ ਕਹਿੰਦੇ ਆਪਾਂ ਆਪਣੇ ਗੁਰੂਆਂ ਨੂੰ ਛੱਡ ਦਿੱ ਗਏ ਜਾਤੀਵਾਦ ਜਿਹੜੀ ਆ ਨਾ ਇੱਕ ਕਿਸੇ ਪਾਰਟਿਕੂਲਰ ਬੰਦੇ ਦੀ ਸੋਚ ਆ ਨਾ ਗੁਰੂ ਸਾਹਿਬਾਨਾਂ ਦੀ ਆ ਨਾ ਕਿਸੇ ਅਵਤਾਰੀ ਸ਼ਕਤੀ ਦੀ ਆ ਨਾ ਕਿਸੇ ਧਰਮ ਗ੍ਰੰਥ ਦੀ ਆ ਮੈਂ ਜੀ ਤਾਜ਼ਾ ਮਾਮਲਾ ਜਿਹੜਾ ਜਲੰਧਰ ਦੇ ਵਿੱਚ ਅੱਜ ਬੱਚੇ ਨਾਲ ਹੋਇਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਇਹੀ ਦੇਖੋ ਕਿ ਵੀ ਲੋਕ ਇੰਨੀਆਂ ਚੀਜ਼ਾਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਅਵੇਅਰ ਨਹੀਂ ਹੋ ਰਹੇ ਉਰੇ ਵਿੱਚ ਕੀ ਹੋਇਆ ਵਾ ਕਿ ਤਾਜਪੁਰ ਰੋਡ ਦੀ ਜਿਹੜੀ ਗੱਲ ਆ ਉਰੇ ਵਿੱਚ ਏਮਸ ਨੇ ਵੀ ਉਸ ਬੱਚੇ ਨੂੰ ਜਿਹੜਾ ਵਾ ਜਵਾਬ ਦੇ ਦਿੱਤਾ ਸੀਗਾ ਉਰੇ ਬ੍ਰੇਨ ਟਿਊਮਰ ਸੀਗਾ ਉਹਨਾਂ ਦੀ ਕਹਿੰਦੇ ਕਿ ਵੀ ਜਿਸ ਤਰ੍ਹਾਂ ਕਿ ਆ ਦੇਖੋ ਕਿ ਔਨਲਾਈਨ ਜਿਹੜੀਆਂ ਇਹ ਐਡਸ ਭਾਰੇ ਆ ਕਿ ਵੀ ਸਾਡੇ ਕੋਲ ਹਰ ਇੱਕ ਬਿਮਾਰੀ ਦਾ ਇਲਾਜ ਆ ਉਹ ਐਡ ਵੇਕ ਇਹੀ ਜਿਹੜਾ ਦਿੱਲੀ ਤੋਂ ਜਿਹੜਾ ਪਰਿਵਾਰ ਸੀਗਾ ਕਿਉਂਕਿ ਮਰਦੇ ਨੂੰ ਤਣਕੇ ਦਾ ਹਸਾਰਾ ਹੁੰਦਾ ਉਹ ਪਰਿਵਾਰ ਇੱਥੇ ਆਇਆ ਵਾ ਔਰ 65000 ਦੇ ਵਿੱਚ ਡੀਲ ਹੋਈ ਆ ਔਰ 60000 60000 ਉਹਨਾਂ ਨੇ ਲੈ ਲਿਆ ਵਾ ਬ੍ਰੇਨ ਟਿਊਮਰ ਸੀਗਾ ਔਰ ਚਲਦੀ ਪ੍ਰੇਅਰ ਦੇ ਵਿੱਚ ਹੀ ਜਿਹੜਾ ਵਾ ਨਾ ਉਹ ਬੱਚਾ ਜਿਹੜਾ ਡੈੱਡ ਹੋ ਚੁੱਕਾ ਪਰ ਪ੍ਰਸ਼ਾਸਨ ਦੀ ਇੱਥੇ ਵੇਖੋ ਕਿੰਨੀ ਤਗੜੀ ਨਾਲ ਐਕੀ ਹੈ ਕਹਿੰਦੇ ਪ੍ਰਸ਼ਾਸਨ ਦਾ ਵਿੱਚ ਇਹ ਕਮੈਂਡਸ ਆਏ ਆ ਕਹਿੰਦੇ ਸਾਡੇ ਕੋ ਕੰਪਲੇਟ ਨਹੀਂ ਆਈ ਤੇ ਇਹ ਜਿਹੜਾ ਵਾ ਇਹ ਅਸੀਂ ਇੱਥੇ ਕੋਈ ਕਾਰਵਾਈ ਨਹੀਂ ਕਰ ਸਕਦੇ ਤੁਸੀਂ ਵੇਖੋ ਕਿ ਪ੍ਰਸ਼ਾਸਨ ਉੱਥੇ ਤੇ ਕਾਰਵਾਈ ਕਰ ਸਕਦਾ ਵਾ ਜਿਹੜੇ ਝੋਲਾ ਸ਼ਾਹ ਡਾਕਟਰ ਆ ਕਿ ਇਹ ਉਹ ਚੀਜ਼ ਨਹੀਂ ਹੈਗੀ ਤੁਸੀਂ ਮੈਡੀਕਲ ਕਾਲਜ ਬੰਦ ਕਰ ਦਿਓ ਤੁਸੀਂ ਡਿਗਰੀਆਂ ਕਾਲਜ ਬੰਦ ਕਰ ਦਿਓ ਜੇ ਸਾਰਾ ਕੁਝ ਇੱਥੇ ਹੀ ਹੋਣਾ ਵਾ ਤੁਸੀਂ ਆ ਚੀਜ਼ ਵੇਖੋ ਐਸਥਮਾ ਰਸੋਲੀ ਅਪੰਗਤਾ ਗੁਪਤ ਰੋਗ ਹਰ ਇੱਕ ਬਿਮਾਰੀ ਦਾ ਇਹਨਾਂ ਦਾ ਇਲਾਜ ਆ ਇੱਕ ਵੀਡੀਓ ਭਾਜੀ ਐਸੀ ਆ ਤੁਹਾਨੂੰ ਮੈਂ ਹੁਣੇ ਵੀ ਦਿਖਾ ਦਿੰਦਾ ਵਾਂ ਚੱਲਦੀ ਲਾਈਵ ਵੀਡੀਓ ਦੇ ਵਿੱਚ ਇੱਕ ਲੇਡੀ ਦੇ ਰਸੋਲੀ ਜਿਹੜੀ ਫਟ ਕੇ ਬਾਹਰ ਆ ਗਈ ਤੁਸੀਂ ਦੇਖੋ ਕਿ ਵੀ ਇੱਕ ਫਿਨਸੀ ਜਿਹੜੀ ਆ ਫਿਨਸੀ ਵੀ ਫਟ ਜੇ ਨਾ ਤੇ ਬੰਦਾ ਦਰਦਨਕ ਹਲਾ ਲੰਦਾ ਵਾ ਔਰ ਉਸ ਉਹ ਲੇਡੀ ਚੰਗੀ ਭਲੀ ਖਲੋਤੀ ਆ ਮੈਂ ਚੈਲੰਜ ਮਾਰਦਾ ਵਾਂ ਤੁਹਾਡੀ মিডিਆ ਦੇ ਰਾਹੀਂ ਮੈਂ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਦੀ ਦੇਖ ਦੇਖ ਦੇ ਵਿੱਚ ਆਪਣਾ ਐਫੀਡੇਵਿਟ ਦੇਣ ਨੂੰ ਤਿਆਰ ਆ ਤੁਸੀਂ ਇੰਨੇ ਹੀ ਸਮਰਥ ਆ ਤੁਹਾਡੇ ਚ ਇੰਨੀਆਂ ਹੀ ਸ਼ਕਤੀਆਂ ਆ ਤੁਸੀਂ ਮੈਨੂੰ ਮਾਰ ਦੋ ਜਿੰਦਾ ਵੀ ਨਾ ਕਰੋ ਇਹ ਮੈਂ ਚੈਲੰਜ ਕਰਕੇ ਗੱਲ ਕਹਿੰਦਾ ਮੈਂ ਤੁਸੀਂ ਮੈਨੂੰ ਜਿੰਦਾ ਵੀ ਨਾ ਕਰੋ ਤੁਸੀਂ ਮੈਨੂੰ ਮਾਰ ਹੀ ਦੋ ਮੇਰੇ ਵੀ ਸਟੋਨ ਹੈਗਾ ਵਾ ਮੇਰੇ ਵੀ ਗੋਲ ਬਲੇਡ ਸਟੋਨ ਆ ਤੁਸੀਂ ਮੇਰਾ ਸਟੋਨ ਕੱਢ ਕੇ ਵਿਖਾ ਦਿਓ ਮੈਂ ਸਾਰਾ ਕੁਝ ਤੁਹਾਡੇ ਲਾ ਦੂੰਗਾ ਠੀਕ ਆ ਜੀ ਤੁਸੀਂ ਵੇਖੋ ਆ ਜਿਹੜੀ ਆ ਇੱਕ ਲਵਜ ਹੈ ਆਦੀ ਆ ਸਾਡੂ ਜਿਹੜੀਆਂ ਜਿਹੜੀ ਪੱਗ ਆ ਐਵੇਂ ਨਹੀਂ ਮਿਲੀ ਇਹ ਧਰਮ ਦੀ ਰਾਖੀ ਕਰਕੇ ਸਰਦਾਰੀਆਂ ਮਿਲੀਆਂ ਤਾਂ ਸਾਡੇ ਸਿਰਾਂ ਤੇ ਪੱਗਾਂ ਆਈਆਂ ਵਾ ਤੁਸੀਂ ਆ ਦੇਖੋ ਸ਼ਰਿਆਮ ਪੱਗ ਦੀ ਬੇਅਦਬੀ ਕੀਤੀ ਜਾ ਰਹੀ ਹੈ ਪਾਦਰੀ ਵੱਲੋਂ ਔਰ ਜਿਹੜਾ ਜਿਹੜਾ ਇੱਕ ਸਿੱਖ ਦਾ ਸੇਰ ਆ ਇੱਕ ਸਰਦਾਰ ਦਾ ਸੇਰ ਆ ਸਿਰਫ ਤੇ ਸਿਰਫ ਸੈਭ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਾਰੇ ਦੇਗੇ ਝੁਕਣਾ ਚਾਹੀਦਾ ਨਾ ਕਿ ਕਿਸੇ ਆਮ ਇਨਸਾਨ ਦੇ ਅੱਗੇ ਠੀਕ ਆ ਜੀ ਇਹ ਤੁਸੀਂ ਦੇਖੋ ਕੀ ਹੋ ਰਿਹਾ ਵਾ ਜੀ ਇਹ ਬੇਅਦਬੀ ਨਹੀਂ ਆ ਸ਼ਰਿਆਮ ਸ਼ਰਿਆਮ ਚੀਜ਼ਾਂ ਹੋ ਰਹੀਆਂ ਇਹ ਇੱਕ ਇਹਨੂੰ ਲਵ ਜਹਾਦ ਦੇ ਤੌਰ ਤੇ ਵੀ ਤੁਸੀਂ ਇੱਕ ਚੀਜ਼ ਦੇਖ ਸਕਦੇ ਆ ਕਿ ਵੀ ਇਹ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਜਿਹੜਾ ਵਿਆਹ ਕਰਨਾ ਵਾ ਉਹ ਸਾਈਂ ਆ ਇਹ ਤੌਰ ਤੇ ਕਰਨਾ ਵਾ ਤੇ ਜਿਹੜੇ ਜਿਹੜੇ ਧਾਰਮਿਕ ਚਿੰਨਾ ਉਹ ਸਾਡੇ ਸਮਾਜ ਦੇ ਪਾਣੇ ਆ ਪਰ 크ਰਿਸਚਨ ਭਾਈਚਾਰੇ ਦੇ ਲੋਕ ਕਹਿੰਦੇ ਨੇ ਅਸੀਂ ਮਨ ਪਰਵਰਤਨ ਕਰਦੇ ਆ ਧਰਮ ਪਰਵਰਤਨ ਤੇ ਜ਼ੋਰ ਨਹੀਂ ਦਿੰਦੇ ਗੱਲ ਭਾਜੀ ਇਦਾਂ ਵਾ ਦੇਖੋ ਜਦੋਂ ਮੁੰਦੇ ਦਾ ਮਨ ਹੀ ਪਰਵਰਤਨ ਹੋ ਗਿਆ ਤਾਂ ਧਰਮ ਪਰਵਰਤਨ ਦੀ ਕੀੜੀ ਹੈਗੀ ਕਿਉਂਕਿ ਸਾਡੇ ਗ੍ਰੰਥਾਂ ਦੇ ਵਿੱਚ ਇੱਕ ਚੀਜ਼ ਕਹੀ ਹੈ ਕਿ ਮਨ ਹੀ ਜੜੀ ਹੈ ਨਾ ਹਰ ਇੱਕ ਜਿਹੜੀ ਅ ਮੁਸ਼ਕਿਲ ਦਾ ਕਾਰਨ ਹੈ ਜਿਹੜਾ ਸਾਨੂੰ ਆਪਣੇ ਈਸ਼ਟ ਤੋਂ ਆਪਣੇ ਧਰਮ ਤੋਂ ਦੂਰ ਲੈ ਕੇ ਜਾਂਦਾ ਵਾ ਜਦੋਂ ਬੰਦੇ ਦਾ ਮਨ ਪਰਵਰਤਨ ਹੋ ਗਿਆ ਸਾਰਾ ਕੁਝ ਹੀ ਪਰਵਰਤਨ ਆਪਣੇ ਆਪ ਹੋ ਗਿਆ ਇੱਕ ਦੇ ਇੱਕ ਕੰਨਦਰੋਂ ਫੜ ਲਓ ਜਾਂ ਇਧਰੋਂ ਫੜ ਲਓ ਫੜਨਾ ਕੰਨ ਹੀ ਹੈਗਾ ਦੇ ਇਹ ਇੱਕ ਗੱਲ ਘਮਾਉਣ ਦਾ ਤਰੀਕਾ ਵਾ ਉਹਨਾਂ ਵੱਲੋਂ ਤੁਸੀਂ ਦੇਖ ਲਓ ਕਿ ਵੀ ਜਦੋਂ ਇਹਨਾਂ ਨੇ ਫੈਸਿਲਟੀਆਂ ਲੈਣੀਆਂ ਹੁੰਦੀਆਂ ਵਾ ਉਦੋਂ ਤੇ ਆਪਣੇ ਆਪ ਨੂੰ ਐਸੀ ਘਮਾਉਂਦੇ ਆ ਜਦੋਂ ਕੋਈ ਗੱਲ ਹੋ ਜਾਂਦੀ ਫੇਰ ਅਸੀਂ ਕ੍ਰਿਸਚਨ ਆ ਜੀ ਤੁਸੀਂ ਵੇਖੋ ਗੋਤ ਦਾ ਮੋਹ ਨਹੀਂ ਛੱਡਦੇ ਜੇ ਉਹ ਜੜ ਸੇ ਖੋਣ ਔਰੰਦਾ ਵੇ ਦਿਓਲ ਸਾਰਾ ਕੁਝ ਲਈ ਜਾਂਦੇ ਆ ਤੇ ਜੇ ਗੱਲ ਆਪਣੇ ਵਾਲਮੀਕੀ ਹੈ ਜੇ ਮਜਬੀ ਸਿੱਖ ਸਮਾਜ ਦੀ ਕਰਾਂ ਤੇ ਉਥੇ ਵੀ ਆਹੀ ਆ ਪੱਟੀ ਤੁਹਾਡਾ ਆਪਣਾ ਸੋਤੇ ਜੀ ਇਹ ਉਹ ਜੋ ਵੀ ਗੋਤਾਂ ਚੱਲਦੀਆਂ ਵਾ ਸਾਡੇ ਵਾਲਮੀਕੀ ਸਮਾਜ ਦੇ ਵਿੱਚ ਉਹ ਵੀ ਲਈ ਜਾਂਦੇ ਆ ਇਹ ਤਾਂ ਦੋਨੇ ਪਾਸਿਓਂ ਖਾਈ ਜਾ ਰਹੇ ਆ ਹਨਾ ਕਹਿੰਦੇ ਆ ਵਾ ਸਾਡੇ ਗ੍ਰੰਥ ਦੇ ਸਾਡੇ ਈਸਤਾਂ ਨੇ ਕਿਤੇ ਵੀ ਨਹੀਂ ਲਿਖਿਆ ਕਿ ਚਮਤਕਾਰ ਵਰਗੀ ਕੋਈ ਚੀਜ਼ ਆ ਸਵਿਸ਼ਟੀ ਦਾ ਨਿਯਮ ਆ ਜਿਹੜਾ ਧਰਤੀ ਤੇ ਆਇਆ ਵਾ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ। ਪ੍ਰਕਿਰਤੀ ਜਿਹੜੀ ਹੈ ਕਦੀ ਵੀ ਆਪਣੇ ਨਿਯਮਾਂ ਦੇ ਨਾਲ ਸਿਧਾਂਤਾਂ ਦੇ ਨਾਲ ਕਦੀ ਵੀ ਕੰਪਰਮਾਈਜ਼ ਨਹੀਂ ਕਰਦੀ। ਇਹ ਤਾਂ ਸਿਰਫ ਸਿਰਫ ਇੱਕ ਝੂਠ ਆ, ਇੱਕ ਪਖੰਡਵਾਦ ਆ ਇਸ ਇਹ ਫਲਾਇਆ ਗਿਆ ਵਾ ਜਿਹੜੇ ਕਰਕੇ ਲੋਕਾਂ ਨੂੰ ਇਕੱਠੇ ਕਰਦੇ ਆ ਕਿਸੇ ਤਰੀਕੇ ਦਾ ਵੀ ਕੁਝ ਨਹੀਂ ਹੁੰਦਾਗਾ। ਸਭ ਇਹਨਾਂ ਦੇ ਲੋਕ ਪਲਾਨਡ ਹੁੰਦੇ ਆ, ਟ੍ਰੇਨਡ ਲੋਕ ਹੁੰਦੇ ਆ ਜਿਹੜੇ ਇਹਨਾਂ ਦੇ ਲੋਕਾਂ ਨੂੰ ਪਰਮਪਰਿਤ ਕਰਦੇ ਆ। ਤੁਸੀਂ ਇੱਕ ਵੀ ਮੈਨੂੰ ਬੰਦਾ ਦਿਖਾ ਦਿਓ ਜਿਹੜਾ ਠੀਕ ਹੋਇਆ ਹੋਵੇ। ਉਹੀ ਹੋਊਗਾ ਜਿਹੜਾ ਇਹਨਾਂ ਦਾ ਹੋਊਗਾ ਤੁਸੀਂ ਵੇਖੋ ਵੀ ਇੱਕ ਚੀਜ਼ ਮੈਂ ਗੱਲ ਤੁਹਾਨੂੰ ਉਹੀ ਕਰਨ ਜਾਵਾਂਗਾ ਕਿ ਵੀ ਉਦਮ ਸਿੰਘ ਦੀ ਫਿਲਮ ਤੁਸੀਂ ਦੇਖੋ ਉਦਮ ਸਿੰਘ ਫਿਲਮ ਦੇ ਵਿੱਚ ਗੋਲੀ ਚਲਾਉਣ ਵਾਲਾ ਕੌਣ ਸੀਗਾ ਸਾਰੇ ਕਹਿੰਦੇ ਜਰਨਲ ਡਾਇਰ ਪਰ ਗੋਲੀ ਚਲਾਉਣ ਵਾਲੇ ਸਾਰੇ ਭਾਰਤੀਏ ਸੀਗੇ ਉਹੀ ਲੋਕ ਇਸ ਸਮੇਂ ਉਹਨਾਂ ਦੀ ਸਟ੍ਰੈਟਜੀ ਸੇਮ ਉਹੀ ਆ ਗਈ ਹੈ ਕਿ ਵੀ ਭਾਰ ਦੇ ਲੋਕਾਂ ਨੂੰ ਹੀ ਭਾਰ ਦੇ ਲੋਕਾਂ ਦੇ ਖਿਲਾਫ ਖੜਾ ਕਰ ਦੋ ਠੀਕ ਹੈ ਜੀ ਔਰ ਤੁਸੀਂ ਵੇਖਣਾ ਕਿ ਵੀ ਗੋਲੀਆਂ ਵਜੀਆਂ ਕਿਸੇ ਦੀ ਬਾ ਉੱਡੀ ਸਿਰਫ ਮੈਂ ਫਿਲਮ ਵੇਖੀ ਆ ਜਿਨ੍ਹਾਂ ਨਾਲ ਰਿਐਲਿਟੀਜ਼ੇ ਹੋਇਆ ਹੋਊਗਾ ਉਹਨਾਂ ਦਾ ਕੀ ਬਣਿਆ ਹੋਊਗਾ ਅੱਜ ਤੁਹਾਨੂੰ ਉਹ ਲੋਕ ਚੰਗੇ ਲੱਗਣ ਲੱਪੇ ਆ ਤੁਸੀਂ ਗੁਰੂਆਂ ਦੀ ਬਲਦਾਨ ਭੁੱਲ ਗਏ ਤੁਸੀਂ ਸਹਿਬਜ਼ਾਦਿਆਂ ਦੀ ਬਲਦਾਨ ਭੁੱਲ ਗਏ ਨਿੱਕੇ ਨਿੱਕੇ ਸੀਗੇ ਹੁਣ ਅੱਜ ਇੱਕ ਚੀਜ਼ ਆ ਗਈ ਆ ਜੇ ਜਾਤੀਵਾਦ ਕਹਿ ਲੋ ਜਾਂ ਜੀ ਕਹਿੰਦੇ ਜੀ ਵਧੀਆ ਵਧੀਆ ਕੰਮਨ ਸਕੂਲ ਖੁੱਲੇ ਆ ਤੁਸੀਂ ਕਿਉਂ ਨਹੀਂ ਖੋਲ ਲੇ ਮੈਂ ਇੱਕ ਚੀਜ਼ ਕਹਾਂਗਾ ਕਿ ਆਪਾਂ ਛੋਟੇ ਸਹਿਬਜ਼ਾਦਿਆਂ ਦੀ ਗੱਲ ਕਰ ਲਈਏ ਮੁਗਲਾਂ ਨੇ ਉਹਨਾਂ ਨੂੰ ਹਰ ਇੱਕ ਚੀਜ਼ ਆਫਰ ਕੀਤੀ ਕਿ ਉਹ ਨਹੀਂ ਚੀਜ਼ ਐਕਸੈਪਟ ਕਰ ਸਕਦੇ ਸੀਗੇ ਪਰ ਉਹਨਾਂ ਨੇ ਕਿਹਾ ਸਾਡੇ ਤੋਂ ਵੱਡਾ ਸਾਡਾ ਧਰਮ ਆ ਅੱਜ ਆਪਾਂ ਪੜ ਵੀ ਲਵਾਂਗੇ ਵੈਲ ਸੈਟਲ ਵੀ ਹੋ ਜਾਵਾਂਗੇ ਜੇ ਸਾਡੇ ਕੋ ਸਾਡਾ ਧਰਮ ਹੀ ਨਾ ਰਹਾ ਸਾਡੇ ਕੋ ਸਾਡੀ ਸਰਦਾਰੀ ਨਾ ਰਹੀ ਸਾਡੇ ਕੋ ਸਾਡੀ ਪਾਗੀ ਨਾ ਰਹੀ ਤਾਂ ਫੇਰ ਐਸੀ ਐਸੀ ਪੜਾਈ ਦਾ ਐਸੀ ਸੈਟਲਮੈਂਟ ਦਾ ਐਸੀ ਸੁੱਖ ਸਹੂਦਿਵਾਂ ਦਾ ਅਸੀਂ ਕੀ ਕਰਨਾ ਵਾ ਮੈਂ ਕਹਿੰਦਾ ਲੱਖ ਲਾਂ ਤਾਂ ਇਹੋ ਜੀ ਜਿਹੜੇ ਲੋਕ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ ਅਪੀਲ ਕੀ ਕਰਨੀ ਚਾਹੀਦੀ ਹੈ ਅਪੀਲ ਮੈਂ ਇਹੀ ਕਰਨਾ ਚਾਹਨਾ ਵਾਂ ਕਿ ਜਿਹੜੇ ਲੋਕ ਜਿਹੜੇ ਧਰਮ ਪਰਵਰਤਨ ਕਰ ਚੁੱਕੇ ਆ ਇੱਕ ਵਾਰੀ ਮੈਂ ਫੇਰ ਉਹਨਾਂ ਦੇ ਲਾਂਧ ਹੀ ਪਾਵਾਂਗਾ ਕਿ ਵੀ ਤੁਸੀਂ ਆਪਣਾ ਇੱਕ ਵਾਰੀ ਇਤਿਹਾਸ ਤੇ ਪੜ ਲਓ ਇਤਿਹਾਸ ਪੜ ਲਓ ਜੇ ਕਿਤੇ ਵੀ ਅੰਗਰੇਜ਼ਾਂ ਨੇ ਸਾਡੇ ਨਾਲ ਕਿਤੇ ਵੀ ਕੁਝ ਵੀ ਵਧੀਆ ਚੀਜ਼ ਕੀਤੀ ਹੋਵੇ ਤੇ ਤਾਂ ਕਵੋ ਹਨਾ ਕਿੰਨਾ ਯਾਰ ਸਾਡਾ ਇਤਿਹਾਸ ਕਿੰਨੇ ਬਲਿਦਾਨ ਦੇਣੇ ਪੈਗੇ ਗੁਰੂ ਸਾਹਿਬਾਨਾਂ ਨੂੰ ਕਿਸ ਕਰਕੇ ਦੇਣੇ ਪੈਗੇ ਧਰਮ ਦੀ ਖਾਤਰ ਦੇਣੇ ਪੈਗੇ ਅੱਜ ਤੁਸੀਂ ਸਿਰਫ ਚੰਦ ਮੈਨੂੰ ਮੈਨੂੰ ਜੀ ਕੋਈ ਪ੍ਰੋਬਲਮ ਆ ਗਈ ਆ ਜੇ ਮੈਂ ਠੀਕ ਹੋ ਜਾਣਾ ਕਹਿੰਦੇ ਦੇਹ ਧਾਰੀ ਕੋ ਦੰਡ ਹੈ ਬਚ ਸਕੇ ਨਾ ਕੋਏ ਗਿਆਨੀ ਬੋਗੇ ਗਿਆਨ ਸੇ ਅਗਿਆਨੀ ਬੋਗੇ ਰੋਏ ਇਸ ਸ੍ਰਿਸ਼ਟੀ ਦਾ ਨਿਯਮ ਆ ਜੇ ਸ਼ਰੀਰ ਆ ਤੇ ਔਰ ਨਾ ਬਿਮਾਰੀ ਵੀ ਆਣੀ ਜੀ ਔਰ ਨਾ ਰੋਗ ਵੀ ਆਨੇ ਆ ਹਰ ਕਿਸੇ ਨੂੰ ਇਹ ਚੀਜ਼ ਪ੍ਰੋਬਲਮ ਆਣੀ ਆਣੀ ਆ ਦੇਖੋ ਕਿ ਵੀ ਇਹਨਾਂ ਦੇ ਜਿਹੜੇ ਪੌਪ ਹੈਗੇ ਆ ਪੌਪ ਜਿਹੜੇ ਆ ਉਹ ਨਿਊ ਚੈਨਲ ਸਾਰੇ ਚੀਜ਼ਾਂ ਫਲੈਸ਼ ਹੋ ਰਹੀ ਹੈ ਚੀਜ਼ ਕਿ ਵੀ ਉਹ ਗੋਡਿਆਂ ਦੀ ਬਿਮਾਰੀ ਤੋਂ ਗ੍ਰਸਤ ਹੋ ਗਏ ਆ ਗੋਡੇ ਬਦਲਾ ਰਹੇ ਆ ਤੁਸੀਂ ਆ ਦੇਖੋ ਕਿ ਵੀ ਜਿਹੜੇ ਇਹਨਾਂ ਦੇ 파ਟਰ ਆ ਜਿਹੜੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਜਿਹੜੇ ਆ ਇਹਨਾਂ ਦੇ 파ਟਰ ਉਹ ਲੋਕਾਂ ਨੂੰ ਥਾਪੀਆਂ ਮਾਰ ਮਾਰ ਕੇ ਪੋਲੀ ਹੋਲਿਆਂ ਨੂੰ ਭਜਾਈ ਜਾ ਰਹੇ ਆ ਤੁਸੀਂ ਆ ਦੇਖੋ ਔਰ ਦੂਸਰੇ ਪਾਸੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਵਾ ਕਿ ਪੌਪ ਜੀ ਦੀ ਉਮਰ ਬੜੀ ਹੋ ਗਈ ਆ ਕਿ ਉਮਰ ਮੈਟਰ ਕਰ ਉਮਰ ਜੇ ਉਹ ਚਮਤਕਾਰ ਹੈਗਾ ਵਾ ਤੇ ਫਿਰ ਉਮਰ ਕੋਈ ਮੈਟਰ ਨਹੀਂ ਜੇ ਕਰਦੀ ਤੁਸੀਂ ਵੇਖੋ ਕਿ ਵੀ ਸਭ ਤੋਂ ਵੱਧ ਜਿਹੜੀਆਂ ਕੋਵਿਡ ਦੇ ਵਿੱਚ ਜਿਹੜੀਆਂ ਡੈਥ ਹੋਈਆਂ ਵਾ ਉਹ ਇਟਲੀ ਦੇ ਵਿੱਚ ਹੋਈਆਂ ਕਿ ਉੱਥੇ ਜਿਹੜੇ ਆ ਇਹਨਾਂ ਦੇ ਪਾਪ ਜਿਹੜੇ ਆ ਮੇਨ ਜਿਹੜੇ ਸਾਈ ਸਮਾਜ ਦੇ ਪ੍ਰਮੁੱਖ ਹੈਗੇ ਆ ਉਹਦੇ ਉੱਥੇ ਸੀਗੇ ਉਹਨਾਂ ਨੇ ਉੱਥੇ ਕਿਉਂ ਨਹੀਂ ਉਹ ਚੀਜ਼ ਨੂੰ ਕਯੂਰ ਕੀਤਾ ਤੁਸੀਂ ਵੇਖੋ ਕਿ ਵੀ ਪਖੰਡਵਾਦ ਕਿੰਨਾ ਕਿ ਚਰਮ ਤੇ ਹੈਗਾ ਵਾ ਐ AIDS ਲਾਜ ਲਾਜ ਬਿਮਾਰੀ ਹੈ ਔਰ ਇਹਨਾਂ ਦੇ ਜਿਹੜੇ ਅਮਰੀਕਾ ਇੰਗਲੈਂਡ ਵਰਗੇ ਦੇਸ਼ਾਂ ਕੋਲ ਨਹੀਂ ਇਹ ਚੀਜ਼ ਦਾ ਹਜੇ ਤੱਕ ਕੋਈ ਇਲਾਜ ਕੱਢ ਪਾਇਆ ਆ ਦੇਖੋ ਤੁਸੀਂ ਏ ਪਾਸਟਰ ਬਜਿੰਦਰ ਦੀ ਗਈ ਹੈ ਜੀ ਪ੍ਰੋਫੈਸੀ ਹੈ ਜੀ ਇਹਨਾਂ ਦੀ ਨਾਲ ਰਿਪੋਰਟ ਵੀ ਲਾਈ ਹੈ ਨੈਗੇਟਿਵ ਦੀ ਤੁਸੀਂ ਦੇਖੋ ਇਹ ਕਿਹੜੀਆਂ ਚੀਜ਼ਾਂ ਕਰਦੇ ਪਏ ਆ ਇਹਦੇ ਲੋਕਾਂ ਨੂੰ ਸ਼ਰੀਆਮਾਰਨ ਕਰਨਦੇ ਆ ਤੁਸੀਂ ਵੇਖੋ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਵਾ ਝੋਲਾ ਸ਼ਾਹ ਡਾਕਟਰਾਂ ਨੂੰ ਜਿਹੜਾ ਵਾ ਪ੍ਰਸ਼ਾਸਨ ਫੜਦਾ ਵਾ ਕਿ ਵੀ ਲੋਕਾਂ ਦੇ ਸਿਹਤ ਨਾਲ ਖਿਲਵਾੜ ਕਰਦੇ ਪਏ ਇਹ ਲੋਕ ਲੋਕਾਂ ਦੀ ਸਿਹਤ ਨਾਲ ਨਹੀਂ ਖਿਲਵਾੜ ਕਰਦੇ ਪਏ ਇੱਥੇ ਪ੍ਰਸ਼ਾਸਨ ਸੁਤਾ ਪਿਆ ਵਾ ਦੇਖੋ ਜੀ ਦੂਸਰੇ ਪਾਸੇ ਆਪਾਂ ਕੈਰੇਕਟਰ ਵਾਈਜ਼ ਗੱਲ ਕਰੀਏ ਤੇ ਇਹਨਾਂ ਦੇ ਪਾਸਟਰ ਬਜਿੰਦਰ ਜੀ ਆ ਉਹਨਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕੀ ਮੈਟਰ ਚੱਲਦਾ ਪਿਆ ਬਲਾਤਕਾਰ ਦਾ ਉਹਨਾਂ ਤੇ ਜਿਹੜੀ ਉਹਨਾਂ ਦੀ ਰਾਸ਼ਟਰੀ ਵੀ ਪਾਈ ਸੀਗੀ ਔਰ ਦੂਸਰੇ ਪਾਸੇ ਵੇਖੋ ਵੀ ਕੋਈ ਕਸਰ ਨਹੀਂ ਛੱਡਦੇ ਪਏ ਕਿਸੇ ਨੂੰ ਵੀ ਕਨਵਰਟ ਕਰਨ ਦੀ ਆ ਦੇਖੋ ਸਾਰੇ ਹਿੰਦੂ ਦੇਵੀ ਦੇਵਤਾ ਨੇ ਜਿਹਦੇ ਵਿੱਚ ਜੀਜ਼ਸ ਕ੍ਰਾਈਸ ਦੀ ਫੋਟੋ ਲੱਗੀ ਹੋਈ ਹੈ ਤੁਸੀਂ ਵੇਖੋ ਦਲਿਤ ਕ੍ਰਿਸ਼ਚਨ ਡਿਜ਼ਰਵ ਰਿਜ਼ਰਵੇਸ਼ਨ ਦਲਿਤ ਰਜ ਕ੍ਰਿਸ਼ਚਨ ਹੀ ਹੋਣਾ ਸਦਾ ਕ੍ਰਿਸ਼ਚਨ ਦਲਿਤ ਹੋਣੀ ਹੋ ਸਦਾ ਤੇ ਰਿਜ਼ਰਵੇਸ਼ਨ ਕਿੱਦੋਂ ਕਿੱਥੋਂ ਹੋਗੀ ਜੀ ਹਨਾ ਤੁਸੀਂ ਇੱਕ ਹੋਰ ਚੀਜ਼ ਦਾ ਨੰਮ ਦਿਖਾਣਾ ਰਾਈਸ ਬੈਗ ਪ੍ਰੋਜੈਕਟ ਆ ਜੀ ਕਹਿੰਦੇ ਅਸੀਂ ਕਿਸੇ ਨੂੰ ਕੁਛ ਦੇ ਕੇ ਨਹੀਂ ਕਨਵਰਟ ਕਰਦੇ ਆ ਕੀ ਆ ਜੀ ਪਾਸਟਰ ਬਰਜਿੰਦਰ ਜੀ ਦੀ ਫੋਟੋ ਲੱਗੀ ਆ ਜੀ ਉੱਪਰ ਸ਼੍ਰੀ ਆਮ ਤੁਸੀਂ ਦੇਖੋ ਸਾਰਾ ਕੁਝ ਹੈ ਟ੍ਰਾਈਬਸ ਏਰੀਆ ਦੇ ਵਿੱਚ ਜਾ ਜਾ ਕੇ ਇਹ ਲੋਕਾਂ ਨੂੰ ਕਨਵਰਟ ਕਰਦੇ ਪਏ ਆ ਨੌਕਰੀਆਂ ਲੈਣ ਲਈ ਤੁਸੀਂ ਆਹ ਦੇਖੋ ਬਾਤ ਇੱਕ ਗੱਲ ਜੀ ਇਹਨਾਂ ਦੇ ਪਾਰਟਰਾਂ ਵੱਲੋਂ ਕਹੀ ਜਾ ਰਹੀ ਆ ਕਿ ਜੀ ਅਸੀਂ ਐਮਬਸੀਆਂ ਬੰਦ ਕਰਵਾ ਦਾਂਗੇ ਇਹ ਫਲਾਈਟਾਂ ਬੰਦ ਕਰਾ ਦਾਂਗੇ ਤੇ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਭੁੱਖੇ ਤੁਹਾਡੇ ਦੇਸ਼ ਮਰਨੇ ਜੇ ਪੰਜਾਬ ਇਕੱਲੇ ਪੰਜਾਬ ਦੇ ਵਿੱਚੋਂ ਹੀ ਸਾਲਾਨਾ 23000 ਕਰੋੜ ਜਿਹੜਾ ਵਾ ਨਾ ਬਾਹਰਲੇ ਦੇਸ਼ਾਂ 'ਚ ਇਨਵੈਸਟ ਹੋ ਰਿਹਾ ਵਾ ਜੇ ਤੁਸੀਂ ਇਹ ਚੀਜ਼ ਕਰਨੀ ਤੇ ਫਿਰ ਐਵੀਂ ਚੀਜ਼ ਕਰਕੇ ਵੇਖ ਲਵੋ ਰਹਿਣਾ ਤੁਹਾਡਾ ਹੀ ਕੁਝ ਨਹੀਂ ਜੇ ਹੈਗਾ ਤੁਹਾਡੇ ਦੇਸ਼ਾਂ ਦਾ ਹੀ ਕੁਝ ਨਹੀਂ ਹੈ ਨਾ ਤੁਹਾਡੇ ਦੇਸ਼ ਗੰਗਾਲ ਹੋਏ ਪਏ ਆ ਕਿਉਂਕਿ ਤੁਸੀਂ ਲੇਟਸ ਜਿਹੜੀ ਆ ਕਿ ਬ੍ਰਿਟੇਨ ਦੀ ਇਕਨੋਮੀ ਆ ਜਿਹੜੀ ਨਾ ਭਾਰਤ ਤੋਂ ਵੀ ਕਾਫੀ ਪਿੱਛੇ ਚੇ ਜਾ ਚੁੱਕੀ ਹੋਈ ਹੈ ਔਰ ਦੂਸਰੀ ਜਿਹੜੀ ਐਂਡਲੀ ਜਿਹੜੀ ਮੈਂ ਐਂਡ ਦੇ ਅਪੀਲ ਕਰਨਾ ਚਾਹੁੰਦਾ ਵਾਂ ਇੱਕ ਤੇ ਆਪਣੇ ਗੁਰੂ ਸਾਹਿਬਾਨਾਂ ਦੇ ਦਿਖਾਏ ਹੋਏ ਮਾਰਗਾਂ ਤੇ ਚੱਲੋ ਆਪਣਾ ਧਰਮ ਨਾ ਛੱਡੋ ਔਰ ਦੂਜੇ ਜਿਹੜੇ ਖੋਤੀ ਭਾਟਨਾ ਇਹਨਾਂ ਨੂੰ ਮੈਂ ਹੀ ਅਪੀਲ ਕਰਨਾ ਕਿੰਨਾ ਕਹਿਣਾ ਚਾਹਣਾ ਵਾ ਕਿ ਜੇ ਇਹਨਾਂ ਦੇ ਵਿੱਚ ਕੋਈ ਚਮਤਕਾਰ ਦੀ ਸ਼ਕਤੀ ਆ ਤੇ ਮੇਰੇ ਨਾਲ ਆ ਕੇ ਸਿੱਧੇ ਡਿਬੇਟ ਕਰਨ ਮੈਂ ਵਿਧ ਪ੍ਰੂਫਾਂ ਦੇ ਨਾਲ ਨਾਲ ਕਰਾਂਗਾ ਬਕਾਇਦਾ ਲਾਈਵ ਸਾਰੀ ਚੀਜ਼ ਚੱਲੂਗੀ ਤੁਸੀਂ ਸਾਰਾ ਕੁਝ ਲਾਈਵ ਕਰਾਓ ਤੇ ਮੈਂ ਵੀ ਸਾਰਾ ਕੁਝ ਲਾਈਵ ਕਰੂੰਗਾ ਠੀਕ ਹੈ ਨਾ ਕਿਉਂਕਿ ਇਹ ਸਿਰਫ ਪਖੰਡਵਾਲ ਜਾਂ ਟ੍ਰੈਂਡ ਬਣੇ ਲੋਕ ਲਿਆ ਕੇ ਲੋਕਾਂ ਨੂੰ ਭਰਮਿਤ ਕਰ ਲੈਣਾ ਨਾ ਸਿਰਫ ਇਰਨਾ ਨਹੀਂ ਗੱਡੀ ਚੱਲਣੀ ਹੈਗੀ ਜੇ ਤੁਸੀਂ ਜੋ ਮਰਜ਼ੀ ਕਹੀ ਜਾਓ ਕੱਲ ਵੀ ਪਰਸੋਂ ਵੀ ਜੋ ਵੀ ਸਿਸਟਮ ਚੱਲੀ ਜਾ ਰਿਹਾ ਵਾ ਅਸੀਂ ਆਪਣਾ ਪੰਜਾਬ 'ਚ ਦੰਗੇ ਵਾਲਾ ਮਾਹੌਲ ਬਣੰਦਿਆ ਵਾ ਅਸੀਂ ਸਰਕਾਰਾਂ ਬਣਾ ਵੀ ਸਕਦੇ ਆ ਤੋੜ ਵੀ ਸਕਦੇ ਆ ਸਿਰਫ ਸਿਰਫ ਤੁਹਾਡੇ ਨਾਲ ਹੀ ਸਾਰਾ ਕੁਝ ਨਹੀਂ ਚੱਲਦਾ ਪਿਆ ਸਮਾਜ ਸਾਰਾ ਬੈਠਾ ਹੋਇਆ ਵਾ ਲੋਕ ਜਾਗਰੂਕ ਹੋ ਚੁੱਕੇ ਆ ਜਿਹੜੀ ਡੱਡੂਆਣੇ ਦੀ ਘਟਨਾ ਤੋਂ ਬਾਅਦ ਇੱਕ ਬਹੁਤ ਜ਼ਿਆਦਾ ਜਲਜਲਾ ਪੈਦਾ ਹੋ ਚੁੱਕਾ ਵਾ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਅਸਲੀਅਤ ਪਤਾ ਲੱਗ ਚੁੱਕੀ ਆ ਉਹ ਤੁਹਾਡੇ ਪਾਸਟਰ ਜਿਹੜੇ ਆ ਉਹ ਵੀ ਤੁਹਾਡੇ ਤੋਂ ਸਾਥ ਚੁੱਕ ਚੁੱਕੇ ਆ ਕਿਉਂਕਿ ਲੋਕਾਂ ਨੂੰ ਪਤਾ ਚੱਲ ਚੁੱਕਾ ਵਾ ਕਿ ਤੁਹਾਡੀ ਅਸਲੀਅਤ ਕੀ ਆ ਸਿਰਫ ਤੇ ਸਿਰਫ ਪਖੰਡ ਤੋਂ ਸਵਾਏ ਹੋਰ ਕੁਝ ਵੀ ਨਹੀਂ ਹੈਗਾ ਜੇ ਫਿਰ ਵੀ ਜੇ ਤੁਸੀਂ ਕਿਤੇ ਵੀ ਚੈਲੰਜ ਐਕਸੈਪਟ ਕਰਦੇ ਜੇ ਕਿਉਂਕਿ ਤੁਸੀਂ ਚੈਲੰਜ ਐਕਸੈਪਟ ਨਹੀਂ ਕਰਨਾ ਲਾਸਟ ਟਾਈਮ ਵੀ ਤੁਹਾਡੇ 파ਟਰ ਜਿਹੜੇ ਨਰੂਲਾ ਜੀ ਸੀਗੇ ਉਹਨਾਂ ਨੂੰ ਵੀ ਅਹੀ ਚੈਲੰਜ ਕੀਤਾ ਗਿਆ ਸੀਗਾ ਕੋਵਿਡ ਦੇ ਸਮੇਂ 'ਚ ਕਿਉਂਕਿ ਉਹ ਕਹਿੰਦੇ ਸੀ ਕਿ ਮੈਂ ਜੁੱਤੀਆਂ ਮਾਰ ਕੇ ਕਰੋਨਾ ਨੂੰ ਪੰਜਾਬ ਦੇ ਵਿੱਚੋਂ ਭਾਰਤ ਦੇ ਵਿੱਚੋਂ ਕੱਢ ਦਾਂਗਾ ਪਰ ਜਦੋਂ ਉਹਨਾਂ ਨੇ ਡਿਪੇਟ ਲਈ ਟਾਈਮ ਮੰਗਿਆ ਗਿਆ ਤੇ ਉਹਨਾਂ ਨੇ ਐਕਸੈਪਟ ਨਹੀਂ ਸੀ ਕੀਤਾ ਕਿਉਂਕਿ ਸਿਰੋ ਤੇ ਸਿਰਫ ਝੂਠ ਹੀ ਸੀਗਾ ਕਿਉਂਕਿ ਜੇ ਸੱਚ ਹੁੰਦਾ ਤੇ ਇਟਲੀ ਜਿਹੜਾ ਡੈਥਾ ਹੁੰਦੀਆਂ ਪੰਜਾਬ ਦੇ ਵਿੱਚ ਵੀ ਨਾ ਹੁੰਦੀਆਂ ਤੇ ਤੁਸੀਂ ਤੁਸੀਂ ਦੇਖੋਗੇ ਵੀ ਲੋਕਾਂ ਨੂੰ ਇਹ ਮੋਹ ਦੇ ਮੂਹ ਚ ਪਾਈ ਜਾਂਦੇ ਤੇ ਆ ਤੇ ਮਾਸਕ ਪਾ ਪਾ ਕੇ ਕਰੀ ਜਾਂਦੇ ਸੀਗੇ ਹਨਾ ਸਾਰੇ ਦਾ ਸਾਰਾ ਐਂਡ ਦੇ ਸਿੱਟਾ ਆਈ ਨਿਕਲਦਾ ਵਾ ਕਿ ਆਪਣੇ ਸਮਾਜ ਨੂੰ ਹਰੇਕ ਸਮਾਜ ਨੂੰ ਮੈਂ اپੀਲ ਕਰਦਾ ਵਾਂ ਕਿ ਆਪਣੇ ਧਰਮ ਨੂੰ ਆਪਣੇ ਸਮਾਜ ਦੇ ਲੋਕਾਂ ਨੂੰ ਇਸ ਜੇ ਚੀਜ਼ ਪਤੇ ਜਾਗਰੂਤ ਕਰੋ ਔਰ ਵੱਧ ਤੋਂ ਵੱਧ ਇਸ ਪਖੰਡਵਾਦ ਦਾ ਵਿਰੋਧ ਕਰੋ ਤਾਂ ਕਿ ਲੋਕਾਂ 'ਚ ਜਾਗਰਤੀ ਪੈਦਾ ਹੋਵੇ ਕਿਉਂਕਿ ਖੱਲੀ ਸਾਡੇ ਕੀਤੇ ਆਂ ਕੁਛ ਨਹੀਂ ਜੇ ਹੋਣਾਗਾ ਇਕੱਲੇ ਇਕੱਲੇ ਬੰਦਿਆਂ ਦਾ ਕੱਲੀ-ਕੱਲੀ ਜੰਦਾ ਦਾ ਸਾਨੂੰ ਸਪੋਰਟ ਚਾਹੀਦੀ ਆ ਇਹਨਾਂ ਦੇ ਪਖੰਡ ਤੋਂ ਪਰਦਾ ਫਾਸ਼ ਕਰੀਏ ਜੇ ਦੇਖੋ ਹਸਪਤਾਲ ਬਣੇ ਆ ਡਾਕਟਰਸ ਬਣੇ ਆ ਇਹ ਕੁਦਰਤ ਦੀ ਬਣਾਈ ਚੀਜ਼ ਆ ਜੇ ਇਹਨਾਂ ਨੇ ਸਾਰਾ ਕੁਝ ਠੀਕ ਹੋ ਜਾਣਾ ਤੇ ਜਿਹੜਾ ਇਹਨਾਂ ਦਾ ਧਰਮ ਆ ਜਿਹੜਾ ਇੰਗਲੈਂਡ ਅਮਰੀਕਾ ਤੋਂ ਆਇਆ ਵਾ ਕਹਿੰਦੇ ਜੀ ਹਸਪਤਾਲਾਂ ਦਾ ਦੇਸ਼ ਹੈਗਾ ਵਾ ਤੇ ਫਿਰ ਉੱਥੇ ਇੰਨੀ ਜ਼ਿਆਦਾ ਬਿਮਾਰੀਆਂ ਭਿਆਨਕ ਬਿਮਾਰੀਆਂ ਕਿਉਂ ਹੋ ਗਈਆਂ ਵਾ ਉੱਥੇ ਕਿਉਂ ਨਹੀਂ ਠੀਕ ਹੁੰਦੇਗੇ ਔਰ ਦੂਸਰਾ ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਕਿ ਅੱਗੇ ਤੋਂ ਸਾਡੇ ਸਮਾਜ ਦੇ ਨਾਲ ਜਾਂ ਸਾਡੇ ਧਾਰਮਿਕ ਚਿੰਨ੍ਹਾਂ ਦੇ ਨਾਲ ਸਾਡੇ ਪ੍ਰਤੀਕ ਚਿੰਨ੍ਹਾਂ ਦੇ ਨਾਲ ਜੇ ਕਿਸੇ ਤਰੀਕੇ ਦਾ ਵੀ ਖਲਵਾੜ ਕੀਤਾ ਗਿਆ ਤੇ ਜਿਹੜਾ ਸਮਾਜ ਆ ਇਸ ਚੀਜ਼ ਦਾ ਡਟ ਕੇ ਵਿਰੋਧ ਕੀਤਾ ਕਰੇਗਾ ਔਰ ਜਿਹੜੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੀ ਹੋਵੇਗੀ